ਕਰੀਏ ਨਾ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਹੋਰਾਂ ਦੀ ਆਡੀਓ ਆਈ ਆ, ਬੜਾ ਦਿਲ ਦੁਖੀ ਹੋਇਆ ਕਿ ਸਾਰੀ ਦੁਨੀਆ ਇਹਦੇ ਪ੍ਰਬੰਧਾਂ 'ਚ ਲੱਗੀ ਹੈ, ਕਰੋਨਾ ਨਾਲ ਲੜਾਈ ਲੜਨ 'ਚ ਲੱਗੀ, ਅਤੇ ਸਾਡੀ ਪੰਜਾਬ ਸਰਕਾਰ ਡਾਕਟਰਾਂ ਨੂੰ ਇੰਨੀ ਕੁ ਮਤਲਬ ਸਹੂਲਤ ਨਹੀਂ ਦੇ ਸਕੀ, ਉਹਨਾਂ ਨੂੰ ਕਿੱਟ ਨਹੀਂ ਦੇ ਸਕੀ ਕਿ ਡਾਕਟਰ ਆਪਦੇ ਆਪ ਨੂੰ ਸੇਫ ਮਹਿਸੂਸ ਕਰਨ। 40 ਮਿੰਟ ਤੋਂ ਆਪਣੇ ਭਾਈ ਸਾਹਿਬ ਨੂੰ ਦਾਖਲ ਹੋਇਆ ਹੋ ਗਏ ਸੀ, ਅਤੇ ਉਹਨਾਂ ਨੂੰ ਕੋਈ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ, ਅਤੇ ਉਹ ਤੰਗ ਆ ਕੇ ਇਹ ਕਹਿ ਰਹੇ ਕਿ ਮੈਂ ਆਤਮ ਹੱਤਿਆ ਕਰ ਰਹੇ ਨਹੀਂ ਹਾਂ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਲਈ ਰਾਹਤ ਵਾਲੀ ਖਬਰ ਹੈ, ਕਿਉਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਦੀ ਰਿਪੋਰਟ ਬਿਲਕੁਲ ਠੀਕ ਆਈ ਹੈ। ਕੁਲਤਾਰ ਸਿੰਘ ਸੰਧਵਾ, ਜੋ ਕਿ ਬੀਤੇ ਦਿਨ ਕੋਰੋਨਾ ਪੋਜ਼ਿਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਕਰਕੇ ਕੁਆਰੰਟਾਈਨ ਹੋ ਗਏ ਸਨ, ਹੁਣ ਉਹਨਾਂ ਨੇ ਆਪਣੀ ਤਾਜ਼ਾ ਟੈਸਟ ਰਿਪੋਰਟ ਠੀਕ ਦੱਸੀ ਹੈ, ਅਤੇ ਉਹਨਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਲੌਕਡਾਊਨ ਅਤੇ ਕਰਫਿਊ ਦੇ ਸਰਕਾਰੀ ਨਿਯਮਾਂ ਨੂੰ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਥੀਓ, ਤੁਹਾਡੀਆਂ ਸਾਰਿਆਂ ਦੀ ਦੁਆਵਾਂ ਕਰਕੇ, ਤੁਹਾਡੀਆਂ ਅਰਦਾਸਾਂ ਕਰਕੇ, ਦਾਸ ਦੀ ਜਿਹੜੀ ਕੋਵਿਡ-19 ਦੀ ਰਿਪੋਰਟ ਹੈ ਉਹ ਬਿਲਕੁਲ ਠੀਕ ਆਈ ਹੈ, ਤੁਹਾਡਾ ਬੱਚਾ ਬਿਲਕੁਲ ਠੀਕ ਹੈ। ਔਰ ਇਹ ਜਿਹੜਾ ਟੈਸਟ ਕਰਾਉਣ ਦੇ ਪਿੱਛੇ ਮੇਰਾ ਮੰਸ਼ਾ ਇਹ ਸੀ ਕਿ ਮੈਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ, ਜਿਨ੍ਹਾਂ ਨੂੰ ਮੈਂ ਮਿਲਦਾ ਹੈ, ਕਿਤੇ 1% ਵੀ ਕਿਤੇ ਚਾਂਸ ਐਸਾ ਨਾ ਬਣੇ ਕਿ ਮੈਂ ਉਹਨਾਂ ਨੂੰ ਕੋਈ ਬਿਮਾਰੀ ਦੇ ਰਿਹਾ। ਔਰ ਦੂਜਾ ਮੇਰਾ ਇਹਦੇ ਵਿੱਚ ਪਿੱਛੇ ਮੰਸ਼ਾ ਇਹ ਸੀ ਕਿ ਤੁਹਾਨੂੰ ਵੀ ਉਤਸ਼ਾਹਿਤ ਕਰਾਂ ਕਿ ਤੁਸੀਂ ਵੀ ਟੈਸਟ ਕਰਾਓ। ਜੇ ਆਪਣਾ ਕੋਈ ਬੰਦਾ ਕਿਸੇ ਪੋਜ਼ਿਟਿਵ ਦੇ ਕੰਟੈਕਟ 'ਤੇ ਆਇਆ ਤਾਂ ਉਹਨੂੰ ਵੀ ਚਾਹੀਦਾ ਹੈ ਕਿ ਉਹ ਟੈਸਟ ਕਰਾ ਰਹੇ, ਇਹਦੇ ਨਾਲ ਆਪਾਂ ਆਪਦੇ ਬੱਚਿਆਂ ਦਾ ਭਲਾ ਕਰਾਂਗੇ, ਆਪਦਾ ਵੀ ਭਲਾ ਕਰਾਂਗੇ, ਸਮਾਜ ਦਾ ਵੀ ਭਲਾ ਕਰਾਂਗੇ। ਔਰ ਦੂਜਾ, ਮੈਂ ਆਪ ਸਭ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ 2 ਦਿਨ ਮੈਨੂੰ ਫੋਨ ਕੀਤੇ, ਹੌਸਲਾ ਦਿੱਤਾ, ਮੇਰਾ ਮਿਜ਼ਾਜ ਪੁਰਸ਼ੀ ਕੀਤੀ। ਔਰ ਮੈਂ ਉਹਨਾਂ ਸਾਥੀਆਂ ਤੋਂ ਮਾਫ਼ੀ ਵੀ ਮੰਗਦਾ ਜਿਨ੍ਹਾਂ ਦੇ ਮੈਂ ਜਵਾਬ ਨਹੀਂ ਦੇ ਸਕਿਆ, ਔਰ ਉਹਨਾਂ ਦਾ ਧੰਨਵਾਦੀ ਵੀ ਹੈ ਕਿ ਤੁਸੀਂ ਮੇਰਾ ਫਿਕਰ ਕੀਤਾ, ਤੁਸੀਂ ਮੇਰਾ ਬਹੁਤ ਫਿਕਰ ਕਰਦੇ ਹੋ, ਔਰ ਮੈਂ ਵੀ ਤੁਹਾਡਾ ਫਿਕਰ ਕਰਦਾ। ਇਸੇ ਲਈ ਇਹ ਫੈਸਲਾ ਲਿਆ ਸੀ ਕਿ ਮੈਂ 14 ਦਿਨ ਕੁਆਰੰਟਾਈਨ ਹੋਊਂਗਾ, ਔਰ ਜਿਹੜਾ ਏਕਾਂਤਵਾਸ 'ਚ ਜਾਊਂਗਾ, ਔਰ ਇਹ ਟੈਸਟ ਕਰਾਊਂਗਾ। ਔਰ ਕਿਉਂਕਿ ਮੈਨੂੰ ਪਤਾ ਸੀ 15 ਮਾਰਚ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਿਆ ਨਹੀਂ, ਲੇਕਿਨ ਫਿਰ ਵੀ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਕਿਸੇ ਤਰ੍ਹਾਂ ਦਾ ਚਾਂਸ ਲਿਆ ਜਾਵੇ। ਮੈਂ ਤੁਹਾਡੀਆਂ ਵੈਲਬੀਂਗ, ਤੁਹਾਡੇ ਸਿਹਤਯਾਬੀ ਦੀ ਹਮੇਸ਼ਾ ਕਾਮਨਾ ਕਰਦਾ ਹੈ, ਔਰ ਉਹਦੇ ਲਈ ਭਾਵੇਂ ਮੈਨੂੰ ਕੋਈ ਕਿਸੇ ਥੋੜ੍ਹੀ ਬਹੁਤੀ ਤਕਲੀਫ ਵਿੱਚੋਂ ਵੀ ਲੰਘਣਾ ਪਿਆ ਹੋਵੇ। ਸੋ ਇਸ ਕਰਕੇ, ਔਰ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਫਰੀਦਕੋਟ ਜਿਹੜੇ 2 ਕੇਸ ਪੋਜ਼ਿਟਿਵ ਵੀ ਆਏ ਨੇ ਉਹ ਵੀ ਠੀਕ ਹੋ ਰਹੇ ਆ, ਉਹਨਾਂ ਦੀ ਵੀ ਸਿਹਤ ਸੁਧਾਰ ਹੈ, ਔਰ 95% ਕੇਸ ਹੈ ਇਹ ਠੀਕ ਹੋ ਜਾਂਦੇ ਆ, ਬਸ਼ਰਤੇ ਕਿ ਆਪਾਂ ਉਹਨਾਂ ਦਾ ਸਮਾਂ ਤੇ ਇਲਾਜ ਕਰਾ ਲਈਏ, ਉਹਨੂੰ ਲੁਕੋਈਏ ਨਾ। ਸੋ ਮੈਂ ਬੇਨਤੀ ਕਰਦਾ 2-2 ਘੰਟੇ ਬਾਅਦ ਹੱਥ ਧੋ, ਮੂੰਹ ਨੂੰ ਹੱਥ ਨਹੀਂ ਲਾਉਣੇ, ਔਰ ਘਰ ਰਹਿਣਾ। ਜੇ ਤੁਹਾਡਾ MLA ਘਰ ਰਹਿ ਸਕਦਾ ਤਾਂ ਕਿਰਪਾ ਕਰਕੇ ਤੁਸੀਂ ਵੀ ਫਿਕਰ ਕਰੋ, ਆਪਣਾ, ਆਪਣੇ ਬੱਚਿਆਂ ਦਾ, ਆਪਣੇ ਸਮਾਜ ਦਾ, ਤੇ ਘਰ ਰਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜੀ ਦੇਰ ਪਹਿਲਾਂ ਹੀ ਜਿਹੜਾ ਸਾਡਾ ਸਾਥੀ ਫਰੀਦਕੋਟ ਕੋਰੋਨਾ ਪੋਜ਼ਿਟਿਵ ਆਇਆ ਉਹਨਾਂ ਨਾਲ ਗੱਲ ਕੀਤੀ ਸੀ, ਠੀਕ ਨੇ, ਉਹਨਾਂ ਦਾ ਇਲਾਜ ਹੋ ਰਿਹਾ, ਥੋੜ੍ਹੇ ਘਬਰਾਏ ਹੋਏ ਜ਼ਰੂਰ ਨੇ। ਮੈਂ ਸਾਡੇ ਸਾਰੇ ਇਲਾਕਾ ਨਿਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਕਿਤੇ ਵੀ ਕੋਈ ਸ਼ੱਕ ਆਉਂਦਾ ਤਾਂ ਉਹ ਆਪਦਾ ਟੈਸਟ ਕਰਾਉਣ, ਕਿਉਂਕਿ ਇਹ ਫੈਲਣ ਲੱਗ ਗਿਆ। ਹੁਣ ਪੰਜਾਬ ਦੇ ਵਿੱਚ ਨੰਬਰ ਇਸ ਕਰਕੇ ਘੱਟ ਸੀ ਕਿ ਪੰਜਾਬ ਸਰਕਾਰ ਟੈਸਟ ਨਹੀਂ ਕਰ ਰਹੀ। ਪੰਜਾਬ ਸਰਕਾਰ ਨੂੰ ਵੀ ਬੇਨਤੀ ਔਰ ਸਾਡੇ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਟੈਸਟ ਕਰਾਓ, ਔਰ 95% ਜਿਹੜੇ ਪੇਸ਼ੈਂਟ ਆ ਉਹ ਠੀਕ ਹੋ ਜਾਂਦੇ ਇਹਦੇ। ਸੋ ਪੈਨਿਕ ਨਹੀਂ ਕਰਨਾ, ਘਬਰਾਉਣਾ ਨਹੀਂ। ਹੁਣ ਗੱਲ ਆ ਗਈ ਸਰਕਾਰ 'ਤੇ, ਜਿਵੇਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਹੋਰਾਂ ਦੀ ਆਡੀਓ ਆਈ ਆ, ਬੜਾ ਦਿਲ ਦੁਖੀ ਹੋਇਆ ਕਿ ਸਾਰੀ ਦੁਨੀਆ ਇਹਦੇ ਪ੍ਰਬੰਧਾਂ 'ਚ ਲੱਗੀ ਹੈ, ਕੋਰੋਨਾ ਨਾਲ ਲੜਾਈ ਲੜਨ 'ਚ ਲੱਗੀ, ਅਤੇ ਸਾਡੀ ਪੰਜਾਬ ਸਰਕਾਰ ਡਾਕਟਰਾਂ ਨੂੰ ਇੰਨੀ ਕੁ ਮਤਲਬ ਸਹੂਲਤ ਨਹੀਂ ਦੇ ਸਕੀ, ਉਹਨਾਂ ਨੂੰ ਕਿੱਟ ਨਹੀਂ ਦੇ ਸਕੀ ਕਿ ਡਾਕਟਰ ਆਪਦੇ ਆਪ ਨੂੰ ਸੇਫ ਮਹਿਸੂਸ ਕਰਨ। 40 ਮਿੰਟ ਤੋਂ ਆਪਣੇ ਭਾਈ ਸਾਹਿਬ ਨੂੰ ਦਾਖਲ ਹੋਇਆ ਹੋ ਗਏ ਸੀ, ਅਤੇ ਉਹਨਾਂ ਨੂੰ ਕੋਈ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ, ਅਤੇ ਔਰ ਉਹ ਤੰਗ ਆ ਕੇ ਇਹ ਕਹਿ ਰਹੇ ਕਿ ਮੈਂ ਆਤਮ ਹੱਤਿਆ ਕਰ ਰਹੇ ਨਹੀਂ ਹਾਂ। ਜੇ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਤਾਂ ਫਿਰ ਪੇਸ਼ੈਂਟ ਬਚਣਗੇ ਨਹੀਂ। ਸੋ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਕਿ ਸਾਰੇ ਜਿਹੜੇ ਹੈਲਥ ਕਾਮੇ ਆ, ਜਿਹੜੇ ਭਾਵੇਂ ਡਾਕਟਰ ਆ, ਭਾਵੇਂ ਮਲਟੀਪਰਪਜ਼ ਹੈਲਥ ਵਰਕਰ ਆ, ਭਾਵੇਂ ਨਰਸਿੰਗ ਸਟਾਫ ਹੈ, ਉਹਨਾਂ ਸਾਰਿਆਂ ਨੂੰ ਪ੍ਰੋਪਰ ਕਿੱਟਾਂ ਦਿੱਤੀਆਂ ਜਾਣ, ਔਰ ਸਾਰਿਆਂ ਦਾ ਪ੍ਰਪੋਰਸ਼ਨੇਟਲੀ ਉਹਨਾਂ ਦੀ ਸ਼ਿਫਟ ਬਣਾਈ ਜਾਵੇ। ਇਹ ਨਾ ਹੋਵੇ ਵੀ ਇੱਕ ਕਾਮੇ ਨੂੰ 24 ਘੰਟੇ ਲਾ ਰੱਖਿਆ ਅਤੇ ਸੀਨੀਅਰ ਡਾਕਟਰ ਪਿੱਛੇ ਰਹਿਣ। ਸਾਰਿਆਂ ਨੂੰ ਕਰਨਾ ਚਾਹੀਦਾ, ਔਰ ਜਿੱਥੇ ਕਿਤੇ ਕੁਤਾਹੀ ਹੁੰਦੀ ਹੈ, ਜੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਵਾਲੇ ਕੇਸ ਦੇ ਵਿੱਚ ਕੁਤਾਹੀ ਹੋਈ ਹੈ ਤਾਂ ਉੱਥੇ ਸਜ਼ਾ ਵੀ ਦੇਣੀ ਬਣਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ।
ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਗੱਲ ਕਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਆਪਦੀ ਓਪੀਡੀ ਚਾਲੂ ਕਰਨਾ, ਤੇ ਇਹ ਬੜੀ ਸ਼ਲਾਘਾਯੋਗ ਕਦਮ ਹੈ ਔਰ ਇਹਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ। ਸੋ ਹੁਣ ਮੈਂ ਬੇਨਤੀ ਇਹ ਕਰਦਾ ਕਿ ਕਿਰਪਾ ਕਰਕੇ ਘਬਰਾਉਣਾ ਨਹੀਂ, ਜੇ ਕਿਸੇ ਨੂੰ ਹੋ ਵੀ ਗਿਆ ਇਲਾਜ ਹੋ ਜਾਏਗਾ, ਘਬਰਾਉਣਾ ਨਹੀਂ। ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਹ 10-15 ਦਿਨ ਘਰੇ ਰਹੋ, ਦੋ ਦੋ ਘੰਟੇ ਬਾਅਦ ਹੱਥ ਧੋਵੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਇਸ ਤੋਂ ਵੱਡਾ ਹੋਰ ਕੋਈ ਇਲਾਜ ਨਹੀਂ। ਸਾਡੇ ਕੋਲ ਅਮਰੀਕਾ ਜਿੰਨੇ ਸਾਧਨ ਨਹੀਂ ਹੈ, ਸਾਡੇ ਕੋਲ ਇਟਲੀ ਜਿੰਨੇ ਸਾਧਨ ਨਹੀਂ ਹੈ, ਸਾਡੇ ਕੋਲ ਇੰਨੇ ਹਸਪਤਾਲ ਵੀ ਨਹੀਂ ਹੈ, ਸਾਡੇ ਕੋਲ ਇੰਨੇ ਡਾਕਟਰ ਵੀ ਨਹੀਂ ਹੈ, ਜਿੰਨੇ ਡਾਕਟਰ ਹੈ ਉਹ ਸੇਫ ਨਹੀਂ, ਉਹਨਾਂ ਨੂੰ ਅਸੀਂ ਕਿੱਟਾਂ ਨਹੀਂ ਦੇ ਸਕੇ। ਸੋ ਕਿਰਪਾ ਕਰਕੇ ਆਪ ਹੀ ਆਪਦਾ ਮਤਲਬ ਅਹਿਤਿਆਤ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।